ਭਾਰਤੀ ਕਿਸਾਨ ਯੂਨੀਅਨ ਏਕਤਾ ਗੁਰਾਹਾਂ ਵੱਲੋਂ ਅੱਜ ਪੂਰੇ ਪੰਜਾਬ ਦੇ ਵਿੱਚ ਨਿੱਜੀ ਸਾਈਲੋ ਗੋਦਾਮਾਂ ਦੇ ਅੱਗੇ ਰੋਸ ਮੁਜ਼ਾਹਰੇ ਕੀਤੇ ਗਏ ਨੇ ਅਤੇ ਇਸੇ ਦੇ ਚੱਲਦੇ ਅੱਜ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਦੇ ਵਿੱਚ ਵੀ ਇੱਕ ਨਿੱਜੀ ਸਾਈਲੋ ਗੋਦਾਮ ਦੇ ਅੱਗੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਗਿਆ ਅਤੇ ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਹੈ ਕਿ ਯੂਨੀਅਨ ਦੇ ਵੱਲੋਂ ਅੱਜ ਸਾਰੇ ਪੰਜਾਬ ਦੇ ਵਿੱਚ ਧਰਨੇ ਦੀ ਕਾਲ ਦਿੱਤੀ ਗਈ ਸੀ ਜਿਸ ਦੇ ਤਹਿਤ ਹੀ ਧਰਨਾ ਦਿੱਤਾ ਗਿਆ ਹੈ ਅਤੇ ਉਹਨਾਂ ਇਹ ਵੀ ਮੰਗ ਕੀਤੀ ਹੈ ਸਰਕਾਰ ਤੋਂ ਕਿ ਸੂਬੇ ਦੇ ਵਿੱਚ ਕਾਰਪੋਰੇਟ ਵਪਾਰੀਆਂ ਨੂੰ ਨਵੇਂ ਸਾਈਲੋ ਗੋਦਾਮ ਬਣਾਉਣ ਦੀ ਮਨਜ਼ੂਰੀ ਰੱਦ ਕੀਤੀ ਜਾਣੀ ਚਾਹੀਦੀ ਹੈ ਅਤੇ ਸਰਕਾਰ ਨੂੰ ਇਹ ਸਾਈਲੋ ਗੋਦਾਮ ਆਪਣੇ ਕਬਜ਼ੇ ਵਿੱਚ ਲੈ ਕੇ ਉਹਨਾਂ ਦਾ ਸਰਕਾਰੀਕਰਨ ਕੀਤਾ ਜਾਣਾ ਚਾਹੀਦਾ ਹੈ। ਅਸੀਂ ਮੌਕੇ 'ਤੇ ਫੌਰੀ, ਕਿਉਂਕਿ ਉੱਧਰੋਂ ਸਰਕਾਰ ਨੂੰ ਕਾਹਲੀ ਹੈ, ਹੁਣ ਉਹਨਾਂ ਦੀ ਭੁਰਦੀ ਅੱਜ, ਉਹ ਤਾਂ ਸਾਡੀ ਵੀ ਭੁਰਦੀ ਹੈ, ਸਾਡੀ ਵਾਢੀ ਦਾ ਟਾਈਮ ਆਇਆ। ਸਾਨੂੰ ਪਤਾ ਵੀ ਜਿਹੜੇ ਆਹ ਵੱਡੇ ਵੱਡੇ ਸਾਈਲੋ ਗੋਦਾਮ ਪਹਿਲਾਂ ਬਣੇ ਨੇ, ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਇੱਕ ਚਿੱਠੀ ਕੱਢੀ ਸੀਗੀ ਵੀ ਜਿਹੜੇ 26 ਮੰਡੀਆਂ ਖਤਮ ਕਰਕੇ ਵੀ ਇਹਨਾਂ ਨੂੰ ਖੁੱਲ੍ਹ ਦਿੱਤੀ ਸੀ। ਅਸੀਂ 2 ਤਰੀਕ ਨੂੰ ਉਹਦੇ 'ਤੇ ਪ੍ਰਦਰਸ਼ਨ ਕਰੇ, ਜਿਹੜਾ ਉਹ ਚਿੱਠੀ ਉਹਨਾਂ ਨੇ ਵਾਪਸ ਲਿੱਤੀ। ਉਸ ਤੋਂ ਬਾਅਦ ਅਸੀਂ ਸੋਚਿਆ, ਅਸੀਂ ਮੀਟਿੰਗ ਕਰੀ ਵਗੈਰਾ ਤੌਰ 'ਤੇ ਬਹਿ ਗਏ ਵੀ ਯਾਰ ਹੁਣ ਚੋਣਾਂ ਦਾ ਬਰਾ, ਉਹਨਾਂ ਦਾ ਚੋਣ ਦਾ ਟਾਈਮ ਉਹਨਾਂ ਦਾ, ਵੀ ਆਹ ਗੱਲ ਉਹਨਾਂ ਦੇ ਆਪਾਂ ਮੂੰਹ 'ਚ ਪਾਈਏ, ਉਹਨਾਂ ਨੂੰ ਗੱਲ ਦੱਸੀਏ, ਅੱਜ ਅਸੀਂ ਸੁਣਾਉਣੀ ਕਰਨਾ ਉਹਨਾਂ ਨੂੰ ਵੀ ਜਿਹੜਾ ਤੁਸੀਂ ਇਹਨਾਂ ਨੂੰ ਖੁੱਲ੍ਹਾ ਦੇ ਰਹੇ ਹੋ, ਵੱਡੇ ਵੱਡੇ ਜਿਹੜੇ ਇਹ ਗੰਡਾਉਣ ਨੇ, ਜਿਵੇਂ ਮੋਗੇ ਦੇ ਵਿੱਚ ਹੈ 1 ਲੱਖ ਟਨ ਦਾ ਜਿਹੜੀ ਉਹਦੀ ਕਪੈਸਿਟੀ ਹੈ, ਯਾਨੀ 50,000 ਲੱਖ ਟਨ ਦੀ ਕਪੈਸਿਟੀ ਆਮ ਹੈਗੀ, ਵੀ ਇਹ ਬਹੁਤ ਜ਼ਿਆਦਾ ਜਿਹੜਾ ਅਨਾਜ ਆ ਉਹ ਸਟੋਰ ਕਰਨਗੇ, ਸਟੋਰ ਕਰਕੇ ਉਦੋਂ ਬਾਅਦ ਆਪਦੀ ਮਰਜ਼ੀ ਨਾਲ ਇਹ ਵੇਚਣਗੇ। ਇਹਦੇ ਇਸ ਕਰਕੇ ਅਸੀਂ ਅੱਜ ਪੂਰੇ ਪੰਜਾਬ ਦੇ ਵਿੱਚ ਵੀ ਕਹਿ ਜੋ ਏਕਤਾ ਗਰਾਹਾਂ ਵੱਲੋਂ, ਇਕੱਲੀ ਸਾਡੀ ਜਥੇਬੰਦੀ ਵੱਲੋਂ ਫੈਸਲਾ ਕਰਕੇ ਅਸੀਂ ਇਹਨਾਂ ਨੂੰ ਦੱਸਣ ਆਏ ਹਾਂ ਵੀ ਇਹ ਜਿਹੜੇ ਬਣੇ ਨੇ ਉਹਨਾਂ ਨੂੰ ਵੀ ਯਾਨੀ ਸਰਕਾਰ ਆਪਦੇ ਕਬਜ਼ੇ 'ਚ ਲਵੇ, ਜਿਹੜੇ ਬਣ ਰਹੇ ਨੇ ਉਹਨਾਂ ਨੂੰ ਵੀ ਸਰਕਾਰ ਆਪਦੇ ਕਬਜ਼ੇ 'ਚ ਲੈ ਕੇ ਇਹਨਾਂ ਨੂੰ ਸਰਕਾਰੀ ਕਰੇ। ਚਾਹੇ ਅੱਜ ਸਰਕਾਰਾਂ ਦੇ ਬਿਗਲ ਵੱਜੇ ਹੋਏ ਨੇ, ਚੋਣਾਂ ਦੇ ਬਰੇ ਹੈ, ਬੁਰਕੀਆਂ ਖੋਣ ਆ ਰਹੇ ਹੈ, ਚੋਣਾਂ ਵਾਲੇ ਲੀਡਰ ਜਿਹੜੇ ਵੱਖ ਵੱਖ ਪਾਰਟੀਆਂ ਦੇ ਵਿੱਚ ਜਾ ਰਹੇ ਹੈ, ਉਹ ਆਪਦੀਆਂ ਗੱਦੀਆਂ ਨੂੰ ਬਚਾਉਣ ਖਾਤਰ ਜਾ ਰਹੇ ਨੇ, ਮਜ਼ਦੂਰਾਂ ਅਤੇ ਕਿਸਾਨਾਂ ਨੂੰ ਕਿਰਤੀ ਲੋਕਾਂ ਦੀ ਕੋਈ ਗੱਲ ਨਹੀਂ ਕਰਦਾ, ਇਹ ਤਾਂ ਲੋਕਾਂ ਆਮ ਲੋਕਾਂ ਲਈ ਕੋਣ ਲੱਗਿਆ ਹੋਇਆ, ਇਹਨਾਂ ਲਈ ਕੋਈ ਕੋਣ ਨਹੀਂ। ਇਸ ਕਰਕੇ ਭਰਾਵੋ ਸਾਡਾ ਸੰਘਰਸ਼ ਆ ਜਿਹੜਾ ਉਹ ਅੱਜ ਵੀ ਜਾਰੀ ਹੈ, ਸਰਕਾਰ ਨੂੰ ਅੱਜ ਵੀ ਸਾਡੀ ਚੇਤਾਵਨੀ ਹੈ ਵੀ ਉਹ ਇੱਧਰ ਖਿਆਲ ਕਰੇ, ਲੋਕਾਂ ਵੱਲ ਜਿਹੜੀਆਂ ਨੀਤੀਆਂ ਨੇ, ਗਲਤ ਨੀਤੀਆਂ ਨੇ, ਉਹਨੂੰ ਪਿੱਛੇ ਮੋੜਾਂਗੇ ਅਤੇ ਪਿਛਲੀਆਂ ਮੋੜੀਆਂ ਨੇ ਸਰਕਾਰ ਨੇ ਅਤੇ ਖਿਲਾਫ਼ ਲੜ ਕੇ ਅਸੀਂ ਵੱਡੇ ਇਕੱਠ ਕਰਕੇ ਅਗਲੇ ਸੰਘਰਸ਼ ਨੂੰ ਤੇਜ਼ ਕਰਕੇ ਉਹ ਨੀਤੀਆਂ ਨੂੰ ਪਿਛਲੇ ਮੋੜਾਂ ਦੇਵਾਂਗੇ। ਕਿਉਂਕਿ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਇਹ ਸੱਦਾ ਸੀਗਾ ਵੀ ਅਸੀਂ ਜਿੰਨੇ ਵੀ ਸਾਈਲੋ ਗੋਦਾਮ ਹੈਗੇ ਨੇ ਅਤੇ ਇਹਨਾਂ ਦਾ ਅਸੀਂ ਘਿਰਾਓ ਕਰਨਾ, ਸਾਡੀਆਂ ਮੰਗਾਂ ਨੇਗੀਆਂ ਵੀ ਜਿਹੜੇ ਇਹ ਸਾਈਲੋ ਗੋਦਾਮ ਬਣੇ ਹੋਏ ਨੇਗੇ ਇਹ ਮਤਲਬ ਕਿ ਪੰਜਾਬ ਦੀ ਸਰਕਾਰ ਆਪਣੇ ਅੰਡਰ ਲਵੇ ਅਤੇ ਜਿੰਨਾ ਵੀ ਮਤਲਬ ਕਿ ਵੀ ਖਰੀਦ ਫਰੋਖਤੀ ਸਾਡੀ ਸਰਕਾਰੀ ਮੰਡੀਆਂ 'ਚ ਹੁੰਦੀ ਹੈ ਅਤੇ ਅੰਡਰ ਲੈ ਕੇ ਅਤੇ ਇੱਥੇ ਯਾਨੀ ਇਹਦਾ ਭੰਡਾਰ ਕਰੇ, ਨਾ ਕਿ ਕਾਰਪੋਰੇਟ ਘਰਾਣੇ ਕਰਨ। ਇਹ ਸਾਡੀ ਅੱਜ ਦੀ ਮੰਗ ਹੈ ਕਿ ਜ਼ਬਤ ਕੀਤੇ ਜਾਣ ਸਰਕਾਰ ਵੱਲੋਂ, ਜ਼ਬਤ ਕਰਕੇ ਇਹਨਾਂ ਦਾ ਸਰਕਾਰੀਕਰਨ ਕੀਤਾ ਜਾਵੇ, ਨੰਬਰ ਇੱਕ ਸਾਡੀ ਇਹ ਮੰਗ ਹੈਗੀ ਹੈ। ਜੇ ਸਰਕਾਰ ਫਿਰ ਵੀ ਯਾਨੀ ਇੱਧਰ ਨਹੀਂ ਆਉਂਦੀ ਪਰ ਅਸੀਂ ਯਾਨੀ ਇਹਦਾ ਜਿਹੜਾ ਕਾਰਪੋਰੇਟ ਘਰਾਣਾ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਰਕਾਰੀ ਮੰਡੀਆਂ 'ਚ ਸਿੱਧੀ ਖਰੀਦ ਕਰਕੇ ਇਹਨਾਂ ਨੂੰ ਭਰ ਲਾਂਗੇ, ਇਹ ਗੱਲ ਉਹ ਭੁੱਲ ਜਾਣ। ਅਸੀਂ ਯਾਨੀ ਆਉਣ ਵਾਲੇ ਸਮੇਂ 'ਚ ਅੱਜ ਸਾਡੇ ਇੱਥੇ ਸੂਬੇ ਦੇ ਆਗੂ ਵੀ ਆਏ ਹੋਏ ਸੀ, ਉਹ ਬੋਲੇ ਵੀ ਨੇ ਵੀ ਜੇ ਕਿ ਸਰਕਾਰ ਇੱਧਰ ਨਹੀਂ ਜਾਂਦੀ ਤਾਂ ਫਿਰ ਅਸੀਂ ਇੱਥੇ ਪੱਕੇ ਮੋਰਚੇ ਲਾਵਾਂਗੇ ਅਤੇ ਅਸੀਂ ਇੱਥੇ ਕੋਈ ਵੀ ਟਰਾਲੀ ਕਣਕ ਦੀ ਸਾਡੇ 'ਤੇ ਕਿਸਾਨ ਨੇ ਉਹਨਾਂ ਨੂੰ ਸਮਝਾਵਾਂਗੇ, ਇੱਥੇ ਅਸੀਂ ਆਉਣ ਨਹੀਂ ਦੇਵਾਂਗੇ ਅਤੇ ਇਹਨਾਂ ਨੂੰ ਭਰਨ ਨਹੀਂ ਦੇਵਾਂਗੇ। ਇਹ ਸਾਡੀ ਮੰਗ ਹੈ। ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨੀਤ ਸ਼ਰਮਾ ਦੀ ਰਿਪੋਰਟ।